जे मी आ गया फिर की बनूंगा यार, इसमें बूंद नहीं आवेगी एक भी। लेंटर चो सकदा जण के नहीं चोंदी। नत्तियां बड़ियां वधिया पाईयां तू, कन्न चाह देख। खड़वा इनू खड़ बोलते जे कटदे आ ना जी, हत्थां पर चीरे आ जांदे आ, देखो ये खड्डां च हुंदी आ। ਸਾਡੀ ਜਾਨ ਚਲੀ ਜਾਏਗੀ, ਹੈ ਆਪਣੇ ਕਾਨੂੰਨ ਕੋ ਪਿੱਛੇ ਕਰਾ ਕੇ ਭਗਾ ਕੇ ਛੋਡਾਂਗੇ। ਮੁਸ਼ਕੀਨ ਹੈ ਪੂਰਾ ਹੈ ਨਾ, ਤਾਂ ਉਹ ਮੋਰਨੀਆਂ ਮਾਰਨੀਆਂ ਵੀ ਬਣਾਈਆਂ ਨੇ। ਸਤਿ ਸ਼੍ਰੀ ਅਕਾਲ ਜੀ, ਸੁਰਖਾਬ ਟੀਵੀ ਦੇਖ ਰਹੇ ਹੋ, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ ਇਸ ਵੇਲੇ ਕੁੰਡਲੀ ਬਾਰਡਰ 'ਤੇ ਮੌਜੂਦ ਹਾਂ ਅਤੇ ਹਰਿਆਣੇ ਵਾਲਿਆਂ ਨੇ ਜਿਹੜਾ ਹੈ ਫੱਟੇ ਚੱਕੀ ਜਾਂਦੇ ਨੇ ਹਰਿਆਣੇ ਵਾਲੇ। ਤਸਵੀਰਾਂ ਤੁਸੀਂ ਬਿਲਕੁਲ ਸਾਹਮਣੇ ਦੇਖ ਸਕਦੇ ਹੋ, ਛੰਨਾ ਬਣਾਉਣੀਆਂ ਝੌਂਪੜੀਆਂ ਬਣਾਉਣੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਬੜੇ ਨਜ਼ਾਰੇ ਨਾਲ ਰਹਿੰਦੇ ਨੇ ਪੰਜਾਬੀਆਂ ਦੇ ਨਾਲ, ਬੜਾ ਮਿਲਵਰਤਨ ਪਹਿਲੇ ਦਿਨ ਤੋਂ ਇਹਨਾਂ ਦਾ ਬਣਿਆ ਹੋਇਆ ਹੈ। ਤਾਊ ਸਾਡੇ ਨਾਲ ਹੈ, ਗੱਲਬਾਤ ਕਰਦੇ ਹਾਂ। ਤਾਊ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਜੀ। ਕਿਵੇਂ ਲੱਗਦਾ ਜੀ ਇਹ ਤਿਆਰ ਕਰ ਰਹੇ ਹੋ ਤੁਸੀਂ? ਇਹ ਕਿੰਨੀਆਂ ਕੁ ਬਣਾ ਲਈਆਂ ਤੁਸੀਂ ਹੁਣ ਤੱਕ? ਇੱਕੋ ਹੀ ਬਣਾਉਣੀ ਹੈ? ਦੂਸਰੀ ਬਣਾਉਣ ਲੱਗ ਰਿਹਾ ਭਾਈ, ਪਹਿਲੀ ਬਣਾ ਲਈ ਸੀ ਜੀ। ਹਾਂਜੀ, ਦੂਸਰੀ ਬਣਾ ਕਰਕੇ ਜੋ ਗਰਮੀ ਆਉਣ ਲੱਗ ਰਹੀ ਹੈ ਨਾ, ਉਸਕੇ ਬਚਾਓ ਕੇ ਲਈ ਆਪਣੇ ਇੱਕ ਰਹਿਣ ਬਸੇਰਾ ਕਰ ਰਹੇ ਹਾਂ ਜੀ। ਹਾਂਜੀ, ਸਿੱਖਿਆ ਕਿਵੇਂ ਬਣਾਉਣਾ ਤੁਸੀਂ? ਸਾਡੇ ਬਜ਼ੁਰਗ ਸੁਣਾ ਕੇ ਸਾਨੂੰ, ਜੋ ਬੁੱਢੇ ਥੇ ਮਾਰੇ ਉਹ ਮਰਤੇ ਸੁਣਾ ਸਿਖਾ ਕੇ ਥੇ, ਜੋ ਤੁਹਾਡੇ ਬੁਰਜ ਬੁੱਢੇ ਜਿਹੜੇ ਸਿਖਾ ਕੇ ਗਏ ਸੀਗੇ ਉਹ ਹੁਣ ਇੱਥੇ ਕੰਮ ਆਉਂਦਾ ਸਿੱਖਿਆ ਮੰਨਦਾ ਭਾਈ। ਜੋ ਕੰਮ ਬੁੱਢੇ ਸਿਖਾ ਕੇ ਗਏ ਉਹੀ ਕੰਮ ਅੱਗੇ ਆਉਣ ਲੱਗ ਰਿਹਾ। ਖੇਤੀ ਦਾ ਵੀ ਕੰਮ ਉਹਨਾਂ ਨੇ ਸਿਖਾਇਆ ਔਰ ਇਹ ਛੈਣ ਪਾਉਣਾ ਵੀ, ਝੋਪੜੀਆਂ ਬਣਾਉਣਾ ਵੀ ਉਨਕੇ ਦੁਆਰਾ ਸਿਖਾਇਆ ਗਿਆ। ਇੱਥੇ ਦੇ ਰਹਿਣ ਵਾਲੇ? ਅਸੀਂ ਗੁਣੇ ਦੇ ਰਹਿਣ ਵਾਲੇ ਭਾਈ, ਕੈਥਲ ਜ਼ਿਲ੍ਹਾ ਹਰਿਆਣਾ ਜ਼ਿਲ੍ਹੇ ਦੇ ਵਿੱਚ। ਹਾਂ ਹਾਂਜੀ ਹਾਂਜੀ। ਅਤੇ ਆਹ ਜਿਹੜਾ ਬਾਂਸ ਹੈ ਇਹ ਕਿੱਥੋਂ ਲੈ ਕੇ ਆਏ ਹੋ ਤੁਸੀਂ? ਕੈਥਲ 'ਤੇ ਲੈ ਕੇ ਆਏ ਭਾਈ, ਕੈਥਲ 'ਚ ਲੈ ਕਰਕੇ ਔਰ ਇਹ ਚੀਰਾ ਚਰਾਏ ਵਾਂਸ ਲੈ ਕਰਕੇ ਔਰ ਇਹ ਜੋ ਪਰਾਲੀ ਹੈ ਇਹ ਆਪਣੇ ਖੇਤਾਂ 'ਤੇ ਲੈ ਜਾਂ ਜੀ ਜੀ। ਹੈਂ, ਇਸ ਕੋਈ ਜੋੜ ਕੇ ਤਿਆਰ ਕਰਕੇ ਇਸ ਕੋ ਉੱਪਰ ਡੱਕ ਦਾਂਗੇ ਤਾਂ ਕਿ ਗਰਮੀ ਨਾ ਲੱਗੇ। ਅਤੇ ਤਾਊ ਆਹ ਤਾਂ ਜਿਵੇਂ ਹੁਣ ਬਾਂਸ ਪਾ ਲਿਆ ਤੁਸੀਂ ਵਿੱਚ ਵਿੱਚ, ਇੱਦਾਂ ਪਰਾਲੀ ਪਸਾ ਲਈ ਇਹਦੇ ਵਿੱਚ, ਇਹ ਚੰਗੀ ਤਰ੍ਹਾਂ ਫਸੀ ਰਹੂਗੀ ਵਿੱਚ, ਨਿਕਲਦੀ ਨਹੀਂ ਹੈ? ਹਿਲਦੀ ਨਹੀਂ ਜਮਾਂ ਵੀ, ਇਹ ਨਹੀਂ ਹਲਦੀ ਜਮਾਂ ਵੀ, ਜਬ ਤੱਕ ਰੱਖਾਂਗੇ ਨਾ ਅਗਲੀ ਗਰਮੀ ਤੱਕ ਵੀ ਨਹੀਂ ਹਿਲਦੀ। ਹਾਂ, ਇਤਨੀ ਮਜ਼ਬੂਤ ਹੈ ਇਹ। ਤਾਊ ਜੇ ਮੀਂਹ ਆ ਗਿਆ ਫਿਰ ਕੀ ਬਣੂਗਾ? ਮੈਂ ਬੂੰਦ ਨਹੀਂ ਆਵੇਗੀ ਇੱਕ ਵੀ। ਬੂੰਦ ਨਹੀਂ ਆਊਗੀ? ਇੱਕ ਨਹੀਂ ਬੂੰਦ ਆਵੇਗੀ, ਤਾਂ ਕਿਸੇ ਤਰ੍ਹਾਂ ਬਿਠਾਰੀ ਹੋ ਪੱਕਾ ਕੰਮ ਕਰਨਾ। ਨੱਤੀਆਂ ਬੜੀਆਂ ਵਧੀਆ ਪਾਈਆਂ ਤੂੰ, ਕੰਨ ਚਾਹ ਦੇਖ। ਲੈਂਟਰ ਚੋਦਾ ਯੂ ਨਹੀਂ ਚਾਹੀਦੀ? ਲੈਂਟਰ ਚੋ ਸਕਦਾ ਜਾਣੀ ਕਿ ਨਹੀਂ ਚੋਂਦੀ। ਨੱਤੀਆਂ ਪਾਈਆਂ ਕੰਨ 'ਚ, ਇਹਨੂੰ ਕੀ ਕਹਿੰਦੇ ਤੁਹਾਡੇ? ਮੁਰਕੀ ਕਰਨੇ ਆ? ਮੁਰਕੀ? ਤਾਊ ਸ਼ਕੀਨ ਹੈ ਪੂਰਾ ਹੈ ਨਾ, ਤਾਊ ਮੋਰਨੀਆਂ ਮਾਰਨੀਆਂ ਵੀ ਬਣਾਈਆਂ ਨੇ? ਨਾ ਮੋਰਨੀ ਮਾਰਨੀ ਕੋਈ ਨਹੀਂ, ਮਾਰ ਕੇ ਬਣਾਈ ਆ। ਕੀ ਬਣਾਇਆ? ਤਾਊ ਫੂਲ ਬਣਾ ਲਿਆ ਦਾ। ਮੈਂ ਕਿਹਾ ਹਰਿਆਣੇ ਵਾਲੇ ਮੋਰਨੀਆਂ ਬਣਾ ਕੇ ਰੱਖਦੇ ਨਾ ਪੁਰਾਣੇ ਬਜ਼ੁਰਗ, ਪੱਟਾਂ ਤੇ ਮੋਰਨੀਆਂ। ਹਾਂ, ਉਹ ਤਾਂ ਪਹਿਲਵਾਨ ਨਾਲ ਕਰਦੇ ਹੋਣੀਆਂ ਤੂੰ ਪੱਟ ਬਹੁਤ ਨਵਾਂ। ਹੋਰ ਅੱਗੇ ਵੱਧਦਾ ਤੁਸੀਂ ਦੇਖ ਸਕਦੇ ਹੋ ਜੀ ਤਸਵੀਰਾਂ, ਦਰਸ਼ਕੋ ਕਿੰਨੀ ਵਧੀਆ ਤਰੀਕੇ ਨਾਲ। ਕਹਿੰਦੇ ਵੀ ਲੈਂਟਰ ਚੋਜੂਗਾ ਪਰ ਇਹ ਨਹੀਂ ਚੋ ਸਕਦੀ, ਇੰਨੀ ਵਧੀਆ ਤਰੀਕੇ ਨਾਲ ਇਹਨਾਂ ਨੇ ਬਣਾਈ ਆ ਵੀਰ ਹੋਰਾਂ ਨਾਲ। ਵੀਰੇ ਤੂੰ ਵੀ ਸਿੱਖਿਆ ਹੋਇਆ ਤਿਆਰ ਕਰਨੀ ਜੀ? ਕਦੇ ਦਾ ਕੰਮ ਕਰ ਰਹੇ ਆਪੇ ਤੋਂ? ਕਦੇ ਗਏ? ਪਹਿਲੇ ਸੇ ਸਿੱਖੇ ਆਪ? ਮੈਨੂੰ ਹੋ ਗਏ 30 ਸਾਲ ਕੇ ਇਹ ਕੰਮ ਕਰਦਾ ਨਾ, 45 ਸਾਲ ਕੀ ਉਮਰ ਹੋ ਗਈ ਜੀ। ਬੁੱਢਿਆਂ ਗੱਲਾਂ ਮੈਂ ਕੀ ਕੰਮ ਲੱਗ ਗਿਆ ਕਰਨ ਜੀ ਜੀ। ਕੋਲਵਾ ਮੈਂ ਗੰਢੇ ਲਾਏ ਕਰਦੇ, ਉਸ ਟਾਈਮ ਵੀ ਟੱਟ ਬਣਾਏ ਕਰਦੇ ਮੈਂ ਜੀ, ਉਨਕਾ ਤੜਾ ਗੰਢੇ ਦਾਬੇ ਕਰਦੇ, ਆਪ ਵੀ ਰਹੇ ਕਰਦੇ ਜੀ ਵਾਰੀ ਸਵੇਰੀ ਜੀ। ਕਿਤਨੇ ਤਿਆਰ ਕਰਨੇ ਹੈ ਆਪਣੇ ਐਸੇ? ਹਮਨੇ ਕਰਨੇ ਜੀ 5-6 ਜਿਹੜੀ ਇੱਕ ਝੌਂਪੜੀ ਹੈ, ਇੱਕ ਝੌਂਪੜੀ ਦੇ ਵਿੱਚ ਕਿੰਨਾ ਤਿਆਰ ਕਰਨਾ ਪੈਂਦਾ ਤੁਹਾਨੂੰ? ਇਹ ਸ਼ੂਗਰ ਦਾ ਕੀ ਲਗਾਵੇ ਜੀ? ਜੀ ਨਿੱਚੇ ਹੋਰ ਲੱਗੇਗੀ ਜੀ ਜੀ ਜੀ। ਤਾਊ ਇਹ ਕਿੰਨੇ ਤਿਆਰ ਕਰਦੇ ਹੋ ਤੁਸੀਂ? ਜਿਵੇਂ ਇੱਕ ਝੌਂਪੜੀ ਬਣਾਉਣੀ ਹੈ, ਇੱਕ ਝੌਂਪੜੀ ਦੇ ਲਈ ਆ ਇਸ ਤਰ੍ਹਾਂ ਕਿੰਨੇ ਤਿਆਰ ਕਰਨੇ ਪੈਂਦੇ ਆ? 2 ਔਰ 2 4 6 ਕਰਨੇ ਪੜਦੇ ਆ ਜੀ। ਹਾਂਜੀ, 6 ਕੇ ਬਿਲਕੁਲ ਸਾਥ ਇੱਕ ਪਿੱਛੇ ਵੀ ਲੱਗੇਗਾ ਜੀ ਜੀ। ਹਾਂਜੀ, 6 ਝੌਂਪੜੀ ਬਣਾਈ ਹੈ, ਦਿਖਾ ਕੇ ਲਿਆਓਗੇ ਸਾਨੂੰ? ਲੈ ਵੀ ਤਾਊ ਨਾਲ ਦੀ ਨਾਲ ਗੱਲਬਾਤ ਕਰਦੇ ਆ ਤੇ ਨਾਲ ਦੀ ਨਾਲ ਤਾਊ ਤੂੰ ਨਹੀਂ ਪੱਟਾਂ ਤੇ ਮੋਰਨੀਆਂ ਬਣਾਈਆਂ ਜਿਵੇਂ ਉਹ ਬਾਪੂ ਬਣਾਈ ਬੈਠਾ? ਮੈਂ ਨਹੀਂ ਬਣਾਈ, ਸ਼ੌਕ ਨਹੀਂ ਹੈਗਾ? ਨਾ ਸ਼ੌਕ ਨਹੀਂ, ਨਹੀਂ ਕਬੱਡੀ ਕਰੀ, ਕੁਸ਼ਤੀ ਖੇਲੇ ਹੈ, ਕ੍ਰਿਕਟ ਖੇਲੇ, ਬਾਕੀ ਹਾਕੀ ਖੇਲੇ ਹਾਂ, ਖੇਲੇ ਸਭ ਕੁਛ ਹਾਂ, ਪਰ ਇਹ ਮੋਰਨੀਆਂ ਛਾਣ ਦਾ ਲੋਕ ਸ਼ੌਕ ਨਹੀਂ ਥਾ। ਨਹੀਂ ਬਾਪੂ, ਜਿਵੇਂ ਕਬੱਡੀ ਖੇਡਣ ਵਾਲੇ ਤਾਂ ਖਾਸ ਕਰਕੇ ਪੱਟਾਂ ਤੇ ਬੜੀਆਂ ਮੋਰਨੀਆਂ ਬਣਾ ਕੇ ਰੱਖਦੇ ਹੁੰਦੇ? ਕੁਸ਼ਤੀ ਜੋ ਕਰਦੇ ਆ ਨਾ ਪਹਿਲਵਾਨ ਜੋ ਹੈ ਉਹ ਜ਼ਿਆਦਾ ਰੱਖਦੇ ਹਾਂ ਜੀ। ਹਾਂਜੀ ਹਾਂਜੀ, ਹਾਂਜੀ ਕ੍ਰਿਕਟ ਵੀ ਖੇਡਿਆ ਤੂੰ ਨਾਲ ਦੀ ਨਾਲ, ਕੁਸ਼ਤੀ ਵੀ ਕਰੀ ਆ, ਹੈ ਨਾ, ਕਬੱਡੀ ਵੀ ਖੇਡਿਆ, ਹਾਕੀ ਵੀ ਖੇਡਿਆ। ਹਾਂਜੀ, ਕੀ ਖੇਡਦਾ ਰਿਹਾ? ਹਾਂਜੀ ਹਾਂਜੀ, ਮੈਂ ਕੋਪੜੀ ਬੈਂਕ 'ਚ ਰਿਟਾਇਰ ਹੋਇਆ ਹੂੰ, ਪਰ ਇਹ ਵੀ ਜ਼ਿਮੀਂਦਾਰਾ ਕਰ ਰਿਹਾ ਹੂੰ। ਅੱਛਾ, ਹਾਂਜੀ, 6 ਕਿੱਲਿਆਂ ਦਾ ਮਾਲਿਕ ਹਾਂ ਜ਼ਮੀਨ ਦਾ। ਹਾਂਜੀ, ਹਲ ਕੇ ਸਾਥ ਖੇਤੀ ਕਰਾਂ ਬੁਆ ਲਿਆ ਔਰ ਬਹੁਤ ਵਧੀਆ ਕੰਮ ਚੱਲ ਰਿਹਾ। ਇੱਥੇ ਕਿਵੇਂ ਫਰਜ਼ ਨਿਭਾਉਣ ਆਏ, ਉਰੇ ਕਿਵੇਂ ਲੱਗਦਾ ਹੁਣ ਵੀ ਯਾਰ ਚੱਲੀਏ ਕਿਸਾਨਾਂ ਦੇ ਹੱਕ ਦੇ ਵਿੱਚ ਖੜੀਏ ਜਾ ਕੇ?
है किसान, किसानों के लिए मरना भाई, किसान ही जिंदगी है, और किसान नहीं होगा तो देश भी नहीं है। अंदाता इसके अंदर इतना गन्ना 1-12 रुपए का बनता है कम से कम, और किसान के चकले भाई इतने चकने हैं, इसके ना नहीं होंगी, बड़ा दिलदार है अंदाता तो इसको छिले कहते हैं। हाँ जी सही गल, हाँ जी। होर झोंपड़ी दिखाने जी तू, असी देखो हरियाणे वाले ने झोंपड़ियाँ तैयार कर लिया ने, बिल्कुल उपर उपरली हैरानी इस गल की हुई, कहते लेंटर चोन लग जूगा पर यह नहीं चो सकदियाँ, लेंटर चो सकता पर यह नहीं चोनिया इस तरीके दे नाल। ते कहिंदे ने भी बजुर्ग सानू सिखा के गए ने, वाह जी वाह कमाल करती जी, आ तो कमाल ही होईयां पईयां ने, वाह जी वाह। कितनी भी गर्मी हो पानी छिड़का जावे ना तो लू नहीं आंदी इसके अंदर, बहुत ठंडा वातावरण रहता है। ये उपर भी पानी छिड़क्या करना छिड़क नहीं, इसके नीचे जी बारिश का पानी उपर आगा नीचे नहीं आवेगा, पुरानिया बुढ़िया थले पोचा लाइया होंदिया सी, वो भी लाओगे ना? लावेंगे जी क्यों नहीं, वो भी लाएंगे तैयार कर। हाँ जी हाँ जी तैयार कर, गोबर का पोचा जरा कहते, हाँ हाँ गोबर का पोचा जी, उसमें मिट्टी मिला के ना गोबर ने राश को पोच करके बड़ा सोहना सुंदर कर देते हैं ना, ताऊ अंदर बढ़ते हैं आप आ जा फिर, वाह जी वाह। अच्छा ये जानी कि पूरा ठंडा रहूगा, एसी एसी तरह ठंडा रहूगा? हाँ जी एसी की तरह से, कभी रहेगा देखो इसके अंदर कितना मजा आएगा, आके जावे जी, वादा रहा आप बैठा इतने गलबात भी करेंगे। ठीक बात है जी, ग्रामीण एसी यही है, ग्रामीण एसी है ना वो, यही है जो हमारे बुजुर्ग रहते थे वो इसी के ऊपर अपना टाइम पास करते थे। गाँव में भी, गाँव में ये झुपड़ी है, पक्के मकान नहीं हमारे पास, झुपड़ी यही झुपड़ी रहते हैं गाँव में, इधर की झोपड़ी, हाँ यही यही झुपड़ी गाँव में, पक्के मकान कहाँ है हमारे पे ये तुसी, ये फिर जी मकान तुसी बनाए हुए ने जिम्मे पिंडा दे विच भी बनाए हुए ने तुसी कहंदे हो ना, ते उत्थे तुसी इनू फिर साल बाद होर नवी तैयार कर दे हो जे कई साल कट जांदी है? 2-3 साल चल जाए फिर दोबारा फिर बना दें, यानी कि एक झोंपड़ी 2 साल कट जांदी है, तो 2 साल कट दे झोंपड़ी। जिहड़ियां बुढ़ियां ने तुहाडियां घरे ओह फिर पोचा ओह लाउंदियां जां बंदिया तो कम लैंदियां, तुहानू इह कम संभालणे पैंदे आ? विचों बंदे ही ला दिंदे आ जी, और गामां मां ना जां पशु पशु बंदे वहां लगाईयां लगदे आ जी, हाँ या तो आप खुद करना है जहाँ तो आप करते हो। हाँ जी हाँ जी, देख लो तस्वीर ने जी, झोंपड़ी देखो कितनी प्यारी बनी हुई है, असी तो हैरान ही होई जाने भी कहते भी चौंदी नहीं है, मीह दे विच भी नहीं चौंदी, इस तरीके दे नाल इन्हां ने मेहनत करके तैयार की है, अपने पिंडों जिहड़ा बांस लैके आंदे ने ते जिहड़ा खेतों के विचों हैगा वह ये सारी लैके आती है पराली, तो पराली के नाल मेहनत करके जी इन्होंने ये तैयार की है, तो हेठा गोबर का जोड़ा लेप भी किया जाना नाल मिट्टी, हाँ जी साइड के हवा के लिए ठंडी ठंडी छिदी की है, जो थोड़ी सांगनी नहीं है नीचे वाली, तो साइड में से जो हवा आएगी वो बिल्कुल ठंडी आएगी, तो ताकि गर्मी ना लगे, और जो अंदर जो हमारे किसान भाई होंगे उनको किसी प्रकार की दिक्कत ना हो, तो इसलिए थोड़ी खुली रखी है और गर्मी भी नहीं होगी इसमें। कितनी झोंपड़ियां बनानी है? झोंपड़ियां बस अपने रहने के मुताबिक, जो भी वैसे ऑर्डर से काम नहीं करते अपने रहने के लिए, हाँ काटते हैं जी जी आप खाड़वा इनू खड़ बोलते जे कटते हैं ना जी, हाथों पर चीरे आ जाते, आ देखो ये खड्डा च होंगी है, मेरा पिंड बड़ा चौर के लागे है गड़ी कन को, जब साडे बजुर्ग वढ़ते होंगे सके ना उन्हें कहना कुट के हाथ पा लाओ भी चीरा ना आए, जे ढिला हथ पाता जब पिछों थले दाती फेर नहीं तो हथ पर चीरा आ जाता, था ये हत्थां नाल भी चीरे आ जाते जी, देख लो मेहनत देखो बजुर्गों की की हुई हत्थां ते चीरे आ जाते हैं, पर फिर भी जिहड़े डोलते नहीं सी घबराते नहीं सी, अजकल किदां दा जमाना आ गया, मामा ही पहली गल बच्चों कह दिंदियां रो बच्चे हथ ना लाई, आ चीज़ हथ ना लाई है ना हथ तेरा कट्टिया जाऊगा, पर मेहनत करके तुसी मेहनत देखो ये बजुर्गों की भी बिल्कुल एसी बनाया पाया हवादार, हेठले पासे महल तैयार किया पाया भी हेठले पासे किसानों नूं हवा आवे, बकायदा जिहड़ा इत्थे पोचा लाया जाऊगा, पुराना कल्चर जिहड़ा आपां कह सकदे आ भी ये तैयार कर लगे हुए ने साडे हरियाणे वाले वीर। धन्नवाद वीरो, डटे रहो इसे तरह जिओ दिओ, कहिंदे मुड़दे नहीं हुण नहीं जांदे, पक्के जिहड़े मकान बना ले ने, हैं जी पिछे जान चली जाएगी, हैं अपने इस कानून को पीछे करा के भगा के छोड़ेंगे, मोदी को बता के छोड़ेंगे, हैं जी भाजपा इतनी गंदी सरकार बन गई है, लोगों का खून चूस के देश बेच दिया उन्होंने, रेलां बेच दिया, बैंक बेच दिए, कुछ भी नहीं छा, रिजर्व बैंक से पैसा ख़त्म कर दिया, सोना ख़त्म कर दिया, हैं जी और सबसे हेरा फेरी एयरफोर्स बेच दिया, इन्हें छोटे कुछ नहीं बनाने वाले बना गए, ये बेचने वाला कपूत बन गया, कपूत जो है ना वो माँ बाप का बना हुआ माल बेचते हैं। बहुत बहुत धन्यवाद जी, तुसी देख सकते हो तस्वीर, हाँ जी जी सानू आज छन्ना देख के ना भाजी 20-25 साल पहला साडे पिंडां च साडे घरां च साडे घर दे विच छन्न हुंदी सी, साडे बजुर्ग उह बांधदे हुंदे सी, उहदे विच बैठ के आपां कोई ट्रैक्टर खड़ा कर देना जां उत्थे बैठ के ताशा खेलणियां, खुले बाड़े हुंदे सी, आ छन्ना देख के दोबारा सानू 20-25 साल असीं पिछे चले गए, उह सीन मोहरे घुमदा आ जी,
ਇਸ ਲੋਕਾਂ ਚ ਪਿਆਰ ਹੁੰਦਾ ਸੀ, ਕੱਚੇ ਮਕਾਨਾਂ ਚ ਰਹਿੰਦੇ ਸੀ ਪਰ ਦਿਲ ਦੇ ਪੱਕੇ ਸੀ ਤੇ ਸੱਚੇ ਸੀ। ਹਾਂਜੀ ਹਾਂਜੀ ਦਿਲ ਦੇ ਪੱਕੇ ਸੀ, ਸਾਡੀ ਦਾਦੀ ਨੇ ਅਸੀਂ ਆਪਣੀ ਅੱਖੀ ਦੇਖਣਾ, ਸਾਡੀ ਦਾਦੀ ਨੇ ਆਪ ਚੱਕੀ ਨਾ ਪੀ ਕੇ ਉਹੀ ਆਟਾ ਗੁੰਨ ਕੇ ਖਾਣਾ, ਸਾਰਾ ਦਿਨ ਮਿਹਨਤ 'ਚ ਲੰਘ ਜਾਂਦਾ ਸੀ। ਸਾਰੇ ਟੱਬਰ ਨੇ ਇਕੱਠੇ ਹੋ ਕੇ ਸੋਣਾ, ਕਿਸੇ ਦਾ ਸੈਪਰੇਟ ਕਮਰਾ ਨਹੀਂ ਸੀ, ਇਕੱਠਿਆਂ ਨੇ ਸੋਣਾ, ਇਕੱਠਿਆਂ ਨੇ ਖਾਣਾ, ਸਕੂਲੋਂ ਆਉਣਾ ਨਾਲ ਖੇਤਾਂ ਨੂੰ ਚਲੇ ਜਾਣਾ ਜੀ। ਪੂਰਾ ਬਜ਼ੁਰਗਾਂ ਦੇ ਨਾਲ ਹੀ ਥਮਾ ਸਪੈਂਡ ਕਰਦੇ ਸੀਗੇ, ਉਹਨੇ ਦੱਸਣਾ ਆਹ ਚੀਜ਼ ਗਲਤ ਆ, ਆਹ ਸਹੀ ਆ। ਅੱਜ ਕੱਲ੍ਹ ਜਿਹੜੀ ਨਵੀਂ ਜਨਰੇਸ਼ਨ ਆ ਬਜ਼ੁਰਗਾਂ ਕੋਲ ਬਹਿ ਕੇ ਰਾਜੀ ਨਹੀਂ, ਉਹਨਾਂ ਦੀ ਗੱਲ ਸੁਣ ਕੇ ਨਹੀਂ ਰਾਜੀ, ਆਪਣੇ ਰਸਤੇ ਤੁਰੀਓ ਆ, ਬਜ਼ੁਰਗਾਂ ਦੀ ਸੁਣ ਕੇ ਰਾਜੀ ਨਹੀਂ। ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਉਹ ਕਹਿੰਦੇ ਸਾਨੂੰ ਇੰਟਰਨੈਟਾਂ ਦਾ ਆ, ਸਾਰੀ ਜ਼ਿਆਦਾ ਸੂਝਵਾਨ ਹੈ, ਅਸੀਂ ਅਗਾਂਹ ਵਧੂ ਹੋ ਗਏ ਹਾਂ, ਸਾਡੀ ਸੋਚ ਅਲਾ ਬਾਪੂ ਤਾਊ, ਜਦ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਸੀ ਜਿਹੜੇ ਤੁਹਾਡੇ ਦੋਸਤ ਮਿੱਤਰ ਹੁੰਦੇ ਸੀ, ਇਹ ਤੁਸੀਂ ਜਦ ਇਕੱਠੇ ਕੰਮ ਕਰਦੇ ਸੀ, ਕਬੱਡੀ ਖੇਡਦੇ ਸੀ, ਕ੍ਰਿਕਟ ਖੇਡਦੇ ਸੀ, ਸਾਰਾ ਕੁਝ, ਕਿਵੇਂ ਲੱਗਦਾ ਸੀ ਤੁਹਾਨੂੰ ਦੋਸਤਾਂ ਨਾਲ? ਆਉਂਦਾ ਸੀ, ਬਹੁਤ ਆਨੰਦ ਆਵਾ ਥਾ। ਏਕਤਾ ਖੇਲਣਾ ਜੋ ਹੈ ਨਾ, ਉਹ ਏਕਤਾ ਕੋ ਪ੍ਰਕਟ ਕਰਤਾ ਹੈ, ਇਹ ਵੀ ਏਕਤਾ ਪ੍ਰਕਟ ਕਰੀ ਹੈ। ਇੱਕ ਇੱਕ ਤਿਨਕਾ ਜੋੜ ਕਰਕੇ ਛੈਨ ਬਣ ਗਈ। ਅਗਰ ਕੱਚੇ ਮਕਾਨ ਅਤੇ ਸੱਚੇ ਦਿਲ, ਸੱਚੇ ਦਿਲ, ਹਾਂ ਕੱਚੇ ਮਕਾਨ ਅਤੇ ਸੱਚੇ ਦਿਲ ਭਾਈ, ਔਰ ਇਹ ਵੀ ਸੱਚੇ ਦਿਲ ਹੈ, ਇਹ ਸੱਚੀ ਹੈ, ਹੈਂ ਸੱਚੇ ਰੂਹ ਸੇ ਬਣਾਈ ਗਈ ਹੈ, ਔਰ ਭਾਈਚਾਰੇ ਕੋ ਇੱਕ ਤੱਕ ਇੱਕ ਸੰਗਠਨ ਸਿਖਾਣੇ ਕੇ ਲੀਏ, ਇੱਕ ਸੂਤਰ ਬਾਂਧਨੇ ਕੇ ਲੀਏ ਇਹ ਚੀਜ਼ ਬਾਂਧੀ ਗਈ ਹੈ। ਦੇਖੋ ਕਿੰਨੀ ਮਿਹਨਤ ਕੀਤੀ ਹੈ ਬਜ਼ੁਰਗਾਂ ਨੇ, ਇਕੱਠੇ ਹੋ ਕੇ ਮਨ ਦੇ ਸੱਚੇ ਨੇ, ਇਕੱਠੇ ਹੋ ਕੇ ਬੈਠਣਗੇ ਅਤੇ ਬਿਲਕੁਲ ਤਿਆਰੀ ਕੀਤੀ ਹੋਈ ਹੈ। ਇਸੇ ਤਰ੍ਹਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ, ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਦਿਖਾਇਆ ਸੀਗਾ ਵੀ ਇਸ ਢੰਗ ਦੇ ਨਾਲ ਕਿਸਾਨ ਇੱਥੇ ਰਹਿ ਰਹੇ ਨੇ, ਇੱਦਾਂ ਹੀ ਗਰਮੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸੁਰਖਾਬ ਟੀ ਵੀ 'ਤੇ ਸਾਂਝੀਆਂ ਕਰਦੇ ਰਵਾਂਗੇ। ਜੁੜੇ ਰਹੋ ਸਾਡੇ ਨਾਲ, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ ਕੁੰਡਲੀ ਬਾਰਡਰ ਤੋਂ।